ਬਾਈ ਵੀ ਦੇਖੋ ਪਾਣੀ ਆ ਗਿਆ, ਰਸਤਾ ਬਿਲਕੁਲ ਬੰਦ ਹੋ ਗਿਆ, ਖਰਾਬ ਹੋ ਗਿਆ ਪਾਣੀ ਦੇ, ਰਸਤਾ ਬਿਲਕੁਲ ਐਨ ਪਾ ਦਈਏ ਪੈਪ ਪਾ ਦਈਏ, ਪਰ ਅੱਜ ਪਾਣੀ ਵੱਧ ਗਿਆ ਬਾਈ, ਘੱਗਰ ਮਾਂ ਪਿੱਛੇ ਦੇ ਬਰਸਾਤ ਹੋ ਗਈ, ਰਸਤਾ ਬੰਦ ਆ। ਉਹ ਸਰਕਾਰ ਮੰਨ ਰਹੀ ਹੈ ਨਾ ਜ਼ਿਮੀਦਾਰ ਪਿਛਾੜਨੇ ਨੂੰ ਤਿਆਰ ਹੈ, ਇਮਾ ਕਿਸੇ ਦਾ ਘਾਟਾ ਨਹੀਂ ਜਾ ਰਿਹਾ, ਘਾਟਾ ਤਾਂ ਬਾਈ ਆਮ ਲੋਕਾਂ ਨੂੰ ਹੋ ਰਿਹਾ ਜਿਹੜੇ ਆਉਣੇ ਜਾਣੇ, ਇਮਾ ਨੂੰ ਪਤਾ ਬਈ ਕਿਸ ਤਰ੍ਹਾਂ ਆ ਜਾ ਜਾ ਜਾ। ਵਿਊ ਚੈੱਕ ਕਰੋ, ਪਹਿਲਾਂ ਤਾਂ ਬੱਦਲ ਚੈੱਕ ਕਰੋ, ਹੈ ਨਜ਼ਾਰਾ। ਬਾਕੀ ਬਾਈ ਜੀਰੀ ਨਸਾਰੇ ਵਾ ਪੂਰੀ ਆ ਗਈ, ਇਹ ਦੇਖੋ ਬਾਈ ਨਾ ਸਰਵਿਸ ਕਰਵਾਈ ਏ ਸੀ ਕੀ ਸਰਵਿਸ ਕਰਵਾਏ ਦੇ ਨਾ ਇੰਨਾ ਫਰਕ ਪੜਦਾ ਬਾਈ, ਦੋਨੋਂ ਏ ਸੀਆਂ ਕੀ ਸਰਵਿਸ ਕਰਵਾਈ ਆ, ਅੱਜ ਪੱਖਾ ਚਲਾਉਣੇ ਕੀ ਵੀ ਲੋੜ ਨਹੀਂ ਫੜ ਰਹੀ ਬਾਈ। ਬਾਈ ਰੋਜ਼ ਅਰਦਾਸ ਕਰਕੇ ਜੀ, ਰੋਜ਼ ਅਰਦਾਸ ਉਹ ਕਰ ਰਹੇ ਜਿਤਨੇ ਵੀ 5-7 ਪਿੰਡ ਹੈਗੇ ਆ ਬਾਈ ਨੇੜਾ ਤੇੜਾ, ਵੀ ਸਵੇਰੇ ਉੱਠ ਕੇ ਅਰਦਾਸ ਉਹੀ ਹੋਆ ਵੀ ਮਾਲਕਾ ਰਸਤਾ ਖੁੱਲ੍ਹਾ ਦੇ। ਹਾਂਜੀ ਮਿੱਤਰੋ, ਕੀ ਹਾਲ ਚਾਲ ਆ, ਉਮੀਦ ਕਰਾਂ ਬਾਈ ਤੁਸੀਂ ਸਾਰੇ ਹੋਵੋਗੇ ਵਧੀਆ, ਆਲ ਗੁੱਡ, ਆਪਾਂ ਵੀ ਵਧੀਆ ਬਾਈ। ਤੋ ਮਿੱਤਰੋ ਫਸੇ ਹੋਏ ਰਸਤੇ ਆ ਬਾਈ, ਅੱਜ ਕੋਈ ਰਿਸ਼ਤੇਦਾਰ ਆ ਰਹੇ ਤੇ ਬਾਈ ਤਾਂ ਉਹਨੂੰ ਲੈ ਕੇ ਆਉਣਾ ਤਾ, ਉਹ ਵਿਚਾਰੇ ਫੋਨ ਵੀ ਨਹੀਂ ਕਰਕੇ ਆਏ, ਉਹ ਕਹਿ ਰਹੇ ਆਉਂ ਯਾਰ ਦੇਵੀ ਨਗਰ ਖੜ੍ਹੇ ਮੈਨੂੰ ਲੈ ਜਾ, ਤੋ ਉਰੇ ਨੂੰ ਆਇਆ ਤਾਂ ਦੇਖੋ ਤੁਹਾਨੂੰ ਰਸਤਾ ਦਿਖਾਊਂਗਾ ਥੋੜ੍ਹਾ ਜਿਹਾ। ਇੱਕ ਹੋਰ ਕਿਆ ਹੋਇਆ ਬਾਈ, ਅਮਨ ਪਹਿਲਾਂ ਚਲੇ ਗਿਆ, ਮੈਂ ਪਹਿਲਾਂ ਵੀਡੀਓ ਸ਼ੂਟ ਕਰਨੀ ਸੀ, ਮੈਂ ਚੱਲ ਕਰੂੰਗਾ ਫਿਰ, ਪਹਿਲਾਂ ਰਸਤਾ ਦੇਖੋ ਕਿਆ ਹਾਲ ਹੋ ਰਿਹਾ ਬਾਈ। ਓਏ ਹੋਏ ਹੋਏ ਹੋਏ, ਸਕੂਟਰ ਵੀ ਤੜਾ ਲਗਾ ਬਾਈ ਪੱਥਰਾਂ ਵਾ, ਰਸਤੇ ਦਾ ਹਾਲ। ਬਾਕੀ ਘੱਗਰ ਮਾਂ ਨੂੰ ਰਸਤਾ ਚਾਲੂ ਕਰਿਆ ਤਾ, ਪਰ ਉਹ ਰਸਤਾ ਮੈਨੂੰ ਨਹੀਂ ਲੱਗਦਾ ਚਾਲੂ ਹੋ ਗਿਆ। ਇੱਕ ਮਿੰਟ ਵੀਡੀਓ ਬੰਦ ਕਰੂੰ ਬਾਈ, ਸਕੂਟਰੀ ਤਾਂ ਉਰੀ ਖਾ ਦੀ ਬਾਈ, ਇਹ ਚੈੱਕ ਕਰੋ। ਕੱਲ੍ਹ ਮਸ਼ੀਨ ਗੱਲ ਬਾਈ ਆਪਣੇ ਪਿੰਡ ਗਈ ਬਾਈ, 5-6 ਘੰਟੇ ਲਾ ਕੇ ਗਏ ਹੁਣੇ ਸੈੱਟ ਕਰਨ ਵਾਸਤਾ, ਬਟ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਬਈ ਈਬ ਹੈਗਾ ਮਹੀਨਾ ਸੌਣ ਕਾ ਬਾਈ, ਸੌਣ ਕੇ ਮਹੀਨੇ ਕਰਕੇ ਪਾਣੀ ਕਦੀ ਵੱਧ ਜਾਣਾ ਕਦੀ ਘੱਟ ਜਾਣਾ ਬਾਈ। ਬਾਈ ਵੀ ਦੇਖੋ ਪਾਣੀ ਆ ਗਿਆ, ਰਸਤਾ ਬਿਲਕੁਲ ਬੰਦ ਹੋ ਗਿਆ, ਖਰਾਬ ਹੋ ਗਿਆ। ਈਬ ਅਮਨ ਨੂੰ ਭੇਜਿਆ, ਉਹ ਗਿਆ ਪ੍ਰੋਪਰ, ਤੁਹਾਨੂੰ ਦਿਖਿਆ ਨਹੀਂ ਹੋਣਾ, ਭੱਜ ਗਿਆ ਵਾ ਬਈ, ਪੈਦਲ ਪੈਦਲ ਲਿਆ ਬੰਦੇ ਨੂੰ, ਤਾਂ ਲੱਗ ਜਾਵਾਂਗੇ 15-20 ਮਿੰਟ ਹੋਰ, ਕਿਆ ਹੋਵੇਗਾ ਬਾਈ। ਇਹ ਦੇਖੋ ਪਾਣੀ ਦੇਖੋ, ਰਸਤਾ ਬਿਲਕੁਲ ਐਨ ਪਾ ਦਈਏ ਪੈਪ ਪਾ ਦਈਏ, ਪਰ ਅੱਜ ਪਾਣੀ ਵੱਧ ਗਿਆ ਬਾਈ, ਘੱਗਰ ਮਾਂ ਪਿੱਛੇ ਦੇ ਬਰਸਾਤ ਹੋ ਗਈ, ਰਸਤਾ ਬੰਦ ਆ। ਬਾਕੀ ਮਿੱਤਰੋ ਪੁਲਕੀ ਵੀ ਨਾ ਮੁਰੰਮਤ ਚੱਲ ਰਹੀ ਆ, ਉਹ ਬਾਈ ਲੱਗੇ ਹੋਏ ਆ, ਇੱਧਰ ਬਾਈ ਲੱਗ ਰਿਹਾ ਬਾਈ ਕੰਮ ਕਰਨ, ਇੱਧਰ ਲੱਗ ਰਿਹਾ ਬਾਈ ਕੰਮ ਕਰਨ, ਜਾ ਰਿਹਾ ਇਹ ਖਿੱਚ ਕੇ ਨਾ ਸਾਈਡ ਸਾਈਡ ਮੈਂ ਟਰੈਕ ਬਣਿਆ ਹੋਇਆ, ਬਿਲਕੁਲ ਜਿਸ ਤਰ੍ਹਾਂ ਮਰਜ਼ੀ ਜਾ ਸਕਾਂ ਬਾਈ, ਬਟ ਨਾ ਪੁਲਿਸ ਜਾਣ ਨਹੀਂ ਦਿੰਦੀ, ਇੱਕ ਬੰਦਾ ਮਰ ਗਿਆ ਯਾਰ, ਉਹਦਾ ਕਾਹਦੇ ਦਿਨ ਹੋ ਗਏ ਬਾਈ। ਬਾਕੀ ਵੀਰਾਂ ਨੇ ਕਮੈਂਟ ਕਰਨੇ ਬਾਈ, ਦੇਖੋ ਮੌਤ 'ਤੇ ਨਹੀਂ ਡਰਦੇ ਲੋਕ, ਟ੍ਰੇਨ ਕੇ ਲਾਗ ਲੱਗ ਜਾ ਰਹੇ ਬਾਈ, ਜਿਸ ਤਰ੍ਹਾਂ ਬਾਈ ਆਪਾਂ ਨਾ ਫਿਲਮਾਂ ਮੈਂ ਦੇਖਾਂ ਬਾਈ, ਕੋਈ ਗੁੰਡਾ ਬਣਦਾ ਗੈਂਗਸਟਰ ਬਣਦਾ, ਉਸਕੀ ਫਿਰ ਨਾ ਸਟੋਰੀ ਆਵਾ, ਉਹ ਤੰਗ ਹੋ ਗਿਆ ਬਣਿਆ, ਉਸ ਕੇ ਘਰ ਕੇ ਤੰਗ ਕਰਦੇ ਹੋਵਾਂ, ਕਿਉਂਕਿ ਸਿਸਟਮ ਨੂੰ ਸੇੜਾਂ ਐਰਾ ਵਗੈਰਾ, ਗੁੰਡਾ ਬਣ ਜਾ ਉਹ ਮੰਨ ਗਿਆ ਚੱਲ ਪੂਰਾ, ਨਹੀਂ ਉਹ ਸਾਊ ਬੱਚਾ ਹੋਵਾ ਦਾ, ਇਸ ਤਰ੍ਹਾਂ ਬਾਈ ਲੋਕਾਂ ਇਹ ਮਜਬੂਰੀ ਮਾਂ ਅਗਲਿਆਂ ਨੂੰ ਚੱਲਣਾ ਪੜ ਰਿਹਾ ਬਾਈ, ਨਾ ਤਾਂ ਸਰਕਾਰ ਮੰਨ ਰਹੀ ਹੈ ਨਾ ਜ਼ਿਮੀਦਾਰ ਪਿਛਾੜਨੇ ਨੂੰ ਤਿਆਰ ਹੈ, ਇਸ ਮਾਂ ਜਿਸ ਤਰ੍ਹਾਂ ਚਲੋ ਜ਼ਿਮੀਦਾਰ ਬੈਠੇ ਆ ਵੀਰ ਆਪਣੀ ਆ, ਇਮਾ ਕਿਸੇ ਦਾ ਘਾਟਾ ਨਹੀਂ ਜਾ ਰਿਹਾ, ਘਾਟਾ ਤਾਂ ਬਾਈ ਆਮ ਲੋਕਾਂ ਨੂੰ ਹੋ ਰਿਹਾ ਜਿਹੜੇ ਆਉਣੇ ਜਾਣੇ, ਇਮਾਨ ਨੂੰ ਪਤਾ ਬਈ ਕਿਸ ਤਰ੍ਹਾਂ ਆ ਜਾ ਜਾ ਜਾਂ, ਇਹ ਘੱਗਰ ਮਾਂ ਨੂੰ ਚੱਲ ਰਿਹਾ ਰਸਤਾ ਬਾਈ,
ਪਿਛਲੇ ਡੇਢ ਮਹੀਨੇ ਦੇ ਜਦ ਕਿ ਬਰਸਾਤਾਂ ਸ਼ੁਰੂ ਹੋ ਗਈ, ਰਸਤਾ ਬਿਲਕੁਲ ਬੰਦ ਹੋ ਗਿਆ ਬਾਈ, ਨਾ ਜਾ ਸਕਦੇ ਨਾ ਕਹੀਂ ਆ ਸਕਦੇ। ਉੱਪਰ ਨੂੰ ਜਾਂਦਾ ਨੇ ਵੀਡੀਓ ਦੇਖੀ ਬਾਈ, ਕਿਆ ਬੁਰਾ ਹਾਲ ਬਣਾ, ਕਈ ਬਾਈ ਪਾਣੀ ਆ ਗਿਆ ਘੱਗਰ ਕਾ। ਤੋ ਅੰਬਾਲਾ ਜਾਣੇ ਵਾਸਤੇ ਕਾਂ 5 ਮਿੰਟ ਦਾ ਰਸਤਾ ਤਾਂ, ਕਾਂ 2-2 ਘੰਟੇ ਲੱਗ ਜਾਂ ਬਾਈ। ਤੋ ਨੁਕਸਾਨ ਬਾਈ ਉਹ ਸਰਕਾਰਾਂ ਕਾ ਕੁਛ ਨਹੀਂ ਹੁੰਦਾ, ਸਰਕਾਰਾਂ ਕਾ ਤੋ ਇਸ ਤਰ੍ਹਾਂ ਕੰਮ ਚੱਲਣਾ ਬਾਈ। ਇਹ ਵੀ ਕੋਰਟ ਮਾਂ ਸੁਣਵਾਈ ਚੱਲ ਰਹੀ ਆ, ਹਾਈ ਕੋਰਟ ਮਾਂ ਵੀ, ਸੁਪਰੀਮ ਕੋਰਟ ਮਾਂ ਵੀ, ਤਰੀਕਾਂ ਵਾ ਤਰੀਕਾਂ ਪੜ੍ਹ ਰਹੀਆਂ, ਕੋਈ ਹੱਲ ਮਸਲਾ ਨਹੀਂ ਇਸਕਾ ਬਾਈ। ਬਾਕੀ ਜੇ ਹੋ ਸਕਾ ਤਾਂ 1-2 ਲਾਈਨ ਜ਼ਰੂਰ ਖੋਲ੍ਹਣੀ ਚਾਹੀਦੀ ਸੀ, ਜਦੋਂ ਜ਼ਿਮੀਦਾਰਾਂ ਨੇ ਸਹਿਮਤੀ ਕਰਕੇ ਉਹਨੂੰ ਗੱਲ ਕਿਆ ਕਰਨਾ। ਉਹ ਆਮ ਰਸਤਾ ਖੋਲ੍ਹ ਦੇਣ ਵੀ ਜ਼ਿਮੀਦਾਰਾਂ ਨੂੰ ਰੋਕੋ, ਵੀ ਜਦੋਂ ਵੀ ਸਾਈਕਲ ਯੋਗਾ ਰਸਤਾ ਦੇਦੇ ਆ, ਜ਼ਿਮੀਦਾਰ ਕਹਿੰਦਾ ਨਹੀਂ ਜਾਣਾ, ਕੰਮ ਚੱਲ ਪੜਿਆ, ਬਾਤ ਵਿੱਚੋਂ ਮਾਂ ਰੋਕ ਦੀ ਬਾਈ ਨੇ। ਤੋ ਬਾਈ ਕਿੱਧਰ ਹੀ ਕੋਈ ਸਹਿਮਤੀ ਨਹੀਂ ਬਣਦੀ, ਉਸ ਕਰਕੇ ਰਸਤੇ ਦਾ ਬਿਲਕੁਲ ਬੁਰਾ ਹਾਲ ਹੋਇਆ ਬਾਈ। ਆਮ ਪਬਲਿਕ ਨੂੰ ਜ਼ਿਆਦਾ ਔਖਾ ਯਾਰ, ਕਿਸੇ ਨੂੰ ਤਾਂ ਕਿਆ ਔਖਾ ਬਾਈ, ਨਾ ਤਾਂ ਸਰਕਾਰਾਂ ਨੂੰ ਔਖਾ, ਨਾ ਜਿਹੜੇ ਜ਼ਿਮੀਦਾਰ ਬੈਠੇ ਇਹਨੂੰ ਔਖਾ। ਔਖਾ ਤਾਂ ਸਾਲਾ ਮਾਨੂੰ ਹੋਇਆ ਪੜਿਆ ਜੰਮੀ ਬਿਲਕੁਲ ਬਾਈ, ਜਿਹੜੇ ਆਉਣੇ ਜਾਣੇ ਦੇ ਤੰਗ ਹੋ ਗਏ ਯਾਰ। ਕਹੀਂ ਦੇਖਿਓ ਕਿੰਨਾ ਕਿੰਨਾ ਪਾਣੀ, ਕਹਾਂ ਜਾ ਬੰਦਾ ਹੀ ਪੈਦਲ ਗਿਆ ਅੰਬਾਲੇ ਤੱਕ ਬਾਈ, ਉਰੇ ਦੇ 2.5 ਕਿਲੋਮੀਟਰ ਪੜ ਜਾਣਾ। ਇਹ ਰਿਸ਼ਤੇਦਾਰ ਜਿਹੜੇ ਆ ਗਏ ਉਹਨੂੰ ਲੈ ਖਾਣਾ ਹੀ ਪੈਦਲ ਪੈਦਲ ਲੈ ਗਾ ਤੁਹਾਨੂੰ ਵਿਚਾਰਾ। ਇਹ ਮਜਬੂਰੀ ਦੇਖੋ ਕਿੱਥੇ ਤੱਕ ਹੋ ਗਈ, ਮਜਬੂਰੀ ਮਾਂ ਬੰਦਾ ਫਿਰ ਸਭ ਕੁਛ ਕਰਾ ਬਾਈ। ਬੰਦੇ ਨੂੰ ਪੈਦਲ ਲੈ ਖਾਣਾ ਪੜ ਰਿਹਾ, ਪੈਦਲ ਆ ਰਹੇ ਸਾਰੇ ਵੀਰ, ਹੋਰ ਕਿਆ ਕਰਾਂ ਬਾਈ, ਮਜਬੂਰੀ ਉਹੀ ਹੋ ਗਿਆ। ਦੇਖੇ ਵਿਚਾਰੇ ਬਜ਼ੁਰਗ ਬੰਦੇ, ਬਿਲਕੁਲ ਵਿਚਾਰੇ ਬਜ਼ੁਰਗ, ਮਤਲਬ 60-70 ਸਾਲ ਦੀ ਉਮਰ, ਵਿਚਾਰੇ ਨੂੰ ਪੈਦਲ ਆਉਣਾ ਪੜ ਰਿਹਾ ਸਿਰਫ ਇੱਕ ਰਸਤੇ ਕੀ ਵਜ੍ਹਾ ਤੇ। ਜੇ ਕਹੀਂ ਥੋੜ੍ਹਾ ਸਾ ਵੀ ਮੰਨ ਕੇ ਚਲੋ 2 ਵਹੀਕਲ, ਮਤਲਬ ਵੱਧ 2 ਪਹੀਆ ਵਾਹਨ ਕਾ ਵੀ ਰਸਤਾ ਹੁੰਦਾ ਤਾਂ ਕੰਮ ਚੱਲ ਜਾਂਦਾ ਯਾਰ। ਇਸ ਤਰ੍ਹਾਂ ਬੜਾ ਔਖਾ ਵਿਚਾਰਿਆਂ ਨੂੰ ਪਾਉਣ ਲੈ ਕੰਮ, ਨਾ ਉੱਧਰ ਵੀ ਉਰੀ ਗਏ ਦੇਵੀ ਨਗਰ ਆ ਕੇ, ਨਾ ਤਾਂ ਗੱਡੀ ਲੈ ਗਾ, ਇੰਨੇ ਨੂੰ ਜਾਣੇ 2 ਘੰਟੇ ਮੈਂ ਨਿਕਾਹ ਕਰਾ ਕੇ ਜਾਣੇ ਦਾ ਟਾਈਮ ਲਿਆ ਬਾਅਦ। ਲਓ ਮਿੱਤਰੋ ਵਿਊ ਚੈੱਕ ਕਰੋ, ਪਹਿਲਾਂ ਤਾਂ ਬੱਦਲ ਚੈੱਕ ਕਰੋ, ਹੈ ਨਜ਼ਾਰਾ ਇੱਧਰ ਨਹੀਂ ਹੈ ਬਾਈ, ਆਪਣੀ ਟਾਕੀ ਮੈਂ ਹੀ ਹਾਂ, ਆਪਣੇ ਖੇਤਾਂ ਬਾਈ ਖੜਿਆ ਬਾਈ। ਬਾਕੀ ਮਿੱਤਰੋ ਖੇਤ ਆਏ ਤੇ ਬਾਈ ਗੇੜਾ ਮਾਰਨ, ਵੀ ਕਿਆ ਬਣ ਰਿਹਾ ਕਿਆ ਨਹੀਂ। ਬਾਕੀ ਤਾਂ ਵੀਰੋ ਬਿਮਾਰੀ ਬਿਮੂਰੀ ਤਾਂ ਠੀਕ ਆ, ਬਾਕੀ ਮੀਂਹ ਵੀ ਪੜੀ ਜਾ ਰਿਹਾ ਆ, ਥੋੜ੍ਹੀ ਥੋੜ੍ਹੀ ਪੱਤਾ ਲਪੇਟ ਹੈ ਆ, ਬਟ ਮੀਂਹ ਆ ਜਾ ਰੋਜ਼, ਉਹ ਕੰਮ ਕਰਦਾ ਆ ਇਸਕਾ, ਐਡਾ ਕੋਈ ਮਤਲਬ ਚੱਲ ਨੁਕਸਾਨ ਨਹੀਂ ਹੈ। ਬਾਕੀ ਤਾਂ ਫਸਲ ਬਾੜੀ ਤਾਂ ਠੀਕ ਖੜੀ ਆ ਬਾਈ, ਓਕੇ ਆ ਰਿਪੋਰਟ। ਬਾਕੀ ਬਾਈ ਜੀਰੀ ਨਸਾਰੇ ਵਾ ਪੂਰੀ ਆ ਗਈ, ਇਹ ਦੇਖੋ ਬਾਈ ਨਿਸਰੀ ਪੂਰਾ। ਬਾਕੀ ਇਸ ਟਾਈਮ ਹਲੀ ਆਪਾਂ ਸਪਰੇ ਕਰਾਉਂਦੇ, ਸਪਰੇ ਕਰਾਵਾਂਗੇ ਆਪਾਂ ਜਦ ਨਿਸਰ ਜਾਣੀ, ਕਿਉਂਕਿ ਈਵ ਕਰਾਵਾਂਗੇ, ਇੱਕ ਤਾਂ ਬੋਰ ਚੜਾ ਬਾਈ, ਔਰ ਫਿਰ ਉਸਕਾ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਈ ਵੀ ਆਪਾਂ ਥੋੜ੍ਹੇ ਦਿਨ ਪਹਿਲਾਂ ਹੀ ਦਵਾਈ ਸਾਰੀ ਪਦਾਨ ਪਦੂਨ ਪਾਈ ਤੀ ਆਪਾਂ, ਬਿਮਾਰੀ ਅਗਣੇ ਕਰਕੇ ਨਾ, ਤਾਂ ਕਰਕੇ ਆਈ ਆਪਾਂ ਜੀਰੀ ਮਾਂ ਵੈਸੇ ਤਾਂ ਫੁੱਲ ਸੋਕਾ ਲਵਾ ਦਈਏ, ਕੋਈ ਚੱਕਰ ਨਹੀਂ। ਈ ਦੁਬਾਰਾ ਨਾ ਹਰੀ ਯਾਰ ਦਬਣ ਨਹੀਂ ਲੱਗੀ ਹੈ, ਧਰਤੀ ਆ ਪੂਰੀ ਗਿੱਲੀ ਹੋ ਖੜੀ ਆ, ਅਤੇ ਇਹਨੂੰ 5-7 ਦਿਨ ਮੈਂ ਨਾ ਦੇਖ ਕਾ, ਫਿਰ ਜਦ ਗੀ ਸੁੱਕਣ ਲੱਗੀ ਨਿਸਰ ਜਾਣੀ, ਫਿਰ ਇਸ ਮੈਂ ਪਾਣੀ ਖੜਾ ਕੇ ਰੱਖਾਂਗੇ, ਫਿਰ ਓਕੇ ਰਿਪੋਰਟ ਕਰ ਦੇਣੀ। ਬਾਕੀ ਜੀਰੀ ਵਧੀਆ ਖੜੀ ਆ ਬਾਈ, ਸ਼ੁਕਰ ਆ ਮਾਲਕ, ਕਿਉਂਕਿ ਇੰਨੀ ਕੁ ਆਸਰੇ ਵਾ ਬੰਦਾ ਬਾਈ। ਇੱਕ ਨਾ ਸੰਜੇ ਟਾਈਮ ਮੈਨੇ ਪਤਾ ਨਹੀਂ ਕਿਆ ਦੇਖਿਆ, ਸੰਜੇ ਟਾਈਮ ਨਾ ਜੀਰੀ ਪਾਣੀ ਚੱਕਣ ਲੱਗ ਜਾ ਉੱਪਰ ਨੂੰ, ਉਹ ਕਿਸ ਤਰ੍ਹਾਂ ਬਾਈ ਤੁਹਾਨੂੰ ਦਿਖਾਵਾਂ, ਇਹ ਦੇਖੋ ਬਾਈ। ਇਹ ਦੇਖੋ ਬਾਈ ਥੋੜ੍ਹਾ ਥੋੜ੍ਹਾ ਸਾਨੂੰ ਦਿਖ ਰਿਹਾ ਹੋਣਾ, ਕਿ ਇਤਨਾ ਜਸਟਿਸ ਨਹੀਂ ਕਰਦਾ ਕੈਮਰਾ। ਇਹ ਉੱਪਰ ਉੱਪਰ
ਕੈਮਰਾ ਫੋਕਸ ਕਰਨਾ ਹਟਦਾ ਬਾਈ ਬਾਂਸੀ। ਇਹ ਦੇਖੋ ਜੀਰੀ ਪਾਣੀ ਚੱਕ ਲਏ ਸਾਰਾ ਉੱਪਰ, ਬਾਕੀ ਜੀਰੀ ਖਾਲੀ ਪੜੀ ਆ, ਕੋਈ ਪਾਣੀ ਨਹੀਂ ਹੈ, ਪਾਣੀ ਕੱਢ ਰੱਖਿਆ ਆਪਾਂ ਨੇ ਬਾਈ। ਇਹ ਦੇਖੋ ਇਸ ਤਰ੍ਹਾਂ ਕਈ ਕਈ ਨਾ ਖਾ ਰੱਖਿਆ ਬਸ, ਬਟਨ ਹੋਰ ਨਹੀਂ ਦੇਖੋ ਬੁੱਝੇ ਵਾ, ਕੋਈ ਬਟਨ ਨਹੀਂ ਖਾ ਰੱਖਿਆ। ਕੋਈ ਕੋਈ ਆ ਜਾ ਕੇ ਮੀਂਹ ਰੋਜ਼ ਪੜ ਜਾ ਆ, ਪੱਤਾ ਲਪੇਟ ਵਿਚਾਰੀ ਚਲੀ ਜਾ ਉੜਕਾ, ਪੱਤਾ ਲਪੇਟ ਕਿਆ ਕਰਾਂਗੀ ਬਾਈ। ਬਾਕੀ ਪੁਰਾਣੀ ਵੀਡੀਓ ਤਾਂ ਚੱਲਦੇ ਦੇਖਿਓ ਬਾਈ, ਕਹਾਂ ਕਿਆ ਦੀ ਜੀਰੀ, ਅੱਜ ਕਿਆ ਹੋ ਗਈ ਪਤਾ ਨਹੀਂ ਲੱਗਦਾ ਟਾਈਮ ਗਾ ਬਾਈ। ਭਾਵਾਂ ਮਤਲਬ ਪੰਜ ਪੰਜ ਦਿਨ ਬਾਅਦ ਫਰਕ ਹੈ, ਰੋਜ਼ ਆਵਾਂ ਰੋਜ਼ ਕੁਛ ਲੱਗੋ ਜੀਰੀ ਲਗਾ ਬਾਈ, ਇਹ ਤਾਂ ਸਾਨੂੰ ਪਤਾ ਹੀ ਆ ਹੀ ਨਸਾਰੇ ਪਾ ਜਾਣੀ ਕਿਸ ਤਰ੍ਹਾਂ ਕਿਆ ਕੁਛ ਹੋਣਾ ਬਾਈ। ਮੈਂ ਪਿਛਲੀ ਵੀਡੀਓ ਕਈ ਵਾਰ ਅੱਗਾ ਆ ਜਾ ਨਾ ਉਹ ਚੀਜ਼ ਦੇਖੂ ਵੀ ਕਿਆ ਤੀ ਜੀਰੀ, ਹਾਲਾ ਹੀ ਦੇਖ ਦਿਲ ਹੋਰ ਕੁਛ ਖਰਾਬ ਵੀ ਕਿਆ ਬਣ ਗਈ ਪਤਾ ਹੀ ਨਹੀਂ ਲੱਗਦਾ ਹੈ। ਦੀਨਾਵਾਂ ਫਰਕ ਪੜਦਾ ਦੀਨਾਵਾਂ ਬਾਈ, ਕਿਉਂ ਨਾ 90 ਦਿਨ ਕੀ ਫਸਲ ਆ, 90 ਦਿਨ ਮਾ ਲਾ ਵੀ ਦੀ ਨਾ ਲਾਈ ਜੀ ਪੌਦੇ ਤਾਂ ਪਹਿਲਾਂ ਲਾ ਦੇ, 90 ਦਿਨ ਕੇ ਅੰਦਰ ਅੰਦਰ ਲੱਗ ਗਈ ਸਾਰਾ ਕੁਛ ਹੋ ਗਿਆ। ਦੇਖੋ ਬੜੀ ਹੈਰਾਨੀ ਸੀ ਵਾਲੀ ਗੱਲ ਹੋਆ ਬਾਈ, ਕਿਸ ਤਰ੍ਹਾਂ ਤਿਆਰ ਹੋ ਜਾ ਬਾਈ ਸਾਰੀ। ਬਾਕੀ ਮਿੱਤਰੋ ਇਹ ਰੋੜੇ ਆਪਣੇ ਉਸ ਵਾਲੇ ਪੜੇ ਆ, ਬਹੁਤੇ ਵੀਰ ਜਿਹੜੇ ਨਵੇਂ ਜੁੜੇ ਉਹਨਾਂ ਨਹੀਂ ਪਤਾ ਹੋਣਾ। ਆਪਣੇ ਛੱਤ ਦੇੜੀ ਦੀ ਬਾਈ, ਛੱਤ ਗਿਰ ਗਈ ਤੀ ਇਸਕੀ ਉੱਪਰ ਹੀ ਨਾ ਚਾਦਰਾਂ ਪਾ ਦੀ, ਦੋ ਕਰਕਾ ਹੋ ਰਹੀ ਆ। ਬਾਕੀ ਇੱਧਰ ਨੂੰ ਲੈ ਚੱਲਾਂ ਉਹਨਾਂ ਨੂੰ, ਵਿੱਚ ਨੂੰ ਗੇੜਾ ਮਾਰਕਾ। ਔਰ ਲਾਈਟ ਵੀ ਜਿੱਦਣ ਕੀ ਸਾਲੀ ਮੋਟਰ ਬੰਦ ਕਰੀ ਉੱਦਣ ਕੀ ਲਾਈਟ ਵੀ ਮੰਨ ਕੇ ਚੱਲ 24 ਘੰਟੇ ਆ ਰਹੀ ਆ, ਲਾਈਟ ਨੇ ਵੀ ਨਹੀਂ ਨਾਗਾ ਪਾਇਆ ਹੈ। ਬਾਕੀ ਖੇਤ ਵਾਂ ਹਾਲੀ ਗਿੱਲ ਹੈ ਆ ਪੂਰੇ। ਬਾਕੀ ਮਿੱਤਰੋ 1500 ਨੂੰ ਪੂਰੀ ਨਿਸ ਰਿਹਾ ਜੀ, ਥਾਂ ਜਲਦੀ ਉਹ ਵੱਢ ਲਏ ਖੁਸ਼ੂ ਹੈ ਨਾ, ਟਾਈਮ ਗੱਲ ਹੈ ਨਾ। ਠੀਕ ਆ ਯਾਰ, ਗੇਤੀ ਲਾਈ ਕਈ ਫਾਇਦਾ, ਇੱਕ ਪੂਰੇ ਨਸਾਰੇ ਪਾ ਬਾਈ। ਬਾਕੀ ਚਲਾ ਮਿੱਤਰੋ ਸਪਰੇ ਵੀ ਕਰਾ ਰਹੇ ਬੰਦੇ, ਮਨ ਲਗਾ ਸਪਰੇ ਕਰਾ ਰਹੇ ਹਾਂ। ਲਓ ਮਿੱਤਰੋ ਅੱਜ ਨਾ ਸਰਵਿਸ ਕਰਾਈ ਸੀਗੀ, ਏ ਸੀ ਕੀ ਸਰਵਿਸ ਕਰਾਏ ਦੇ ਨਾ ਇੰਨਾ ਫਰਕ ਪੜਦਾ ਬਾਈ, ਦੋਨੋਂ ਏਸੀਆਂ ਕੀ ਸਰਵਿਸ ਕਰਾਈ ਆ। ਅੱਜ ਪੱਖਾ ਚਲਾਉਣੇ ਕੀ ਵੀ ਲੋਡ ਨਹੀਂ ਫੜ ਰਹੀ ਬਾਈ, ਬਲੋਰ ਨਾ ਉਰੇ ਤੱਕ ਇੰਨੀ ਹਵਾ ਮਾਰ ਰਹੇ ਹਾਂ ਵੀ ਛੱਡ ਦਿਓ ਗੱਲਾਂ, ਉਰੇ ਤੱਕ ਬਿਲਕੁਲ ਠੰਡਾ ਹੋ ਰਿਹਾ ਬਾਈ। ਪਹਿਲਾਂ ਨਹੀਂ ਪੱਖਾ ਵੀ 4 ਕੀ ਸਪੀਡ ਮੈਂ ਛੱਡ ਕੇ ਰੱਖਾਂਗੇ, ਔਰ ਉਸ ਨੂੰ ਵੀ 24 ਵਜੇ ਛੱਡ ਕੇ ਰੱਖਾਂਗੇ। ਅੱਜ ਉਹ ਵੀ ਵਿਚਾਰਾ ਦੇਖੋ 26 ਵਜੇ ਚੱਲ ਰਿਹਾ, ਔਰ ਕੂਲਿੰਗ ਕਰ ਰਿਹਾ ਪੂਰੀ ਬਾਈ। ਪਹਿਲਾਂ ਤਾਂ ਇਹੋ ਸਲਾਹ ਦੀ ਵੀ ਕਿਆ ਲੋੜ ਆਈ ਵੀ ਯਾਰ ਚਲੋ ਟਾਈਮ ਲੰਘ ਗਿਆ, ਫਿਰ ਮਾਂ ਨਾ ਯਾਰ ਪੜੇ ਹਲੀ ਤਾਂ 1 ਮਹੀਨਾ ਤਾਂ ਪੂਰਾ ਹੀ ਪੜਿਆ ਮਿੱਤਰੋ, ਕਿਉਂ ਮਿੱਤਰੋ ਲਾ ਲਓ ਸਤੰਬਰ ਕਾ ਮਹੀਨਾ ਤਾਂ ਹੈ ਹੀ ਆ,
ਸਤੰਬਰ ਕੇ ਮਹੀਨੇ ਮਾ ਏ ਸੀ ਚੱਲਦਾ ਰਹਾ, ਚਲੋ 26-27 ਵਾ ਵੀ ਰਾਤ ਨੂੰ ਅੱਧੀ ਰਾਤ ਬੰਦ ਹੋ ਜਾ, ਬਟ ਸਤੰਬਰ ਮਹੀਨਾ ਹੈ ਠੰਡ ਗਾ। ਬਾਕੀ ਕੱਲ੍ਹ ਜਨਮ ਅਸ਼ਟਮੀ ਦੀ ਬਾਈ, ਔਰ ਜਿਸ ਤਰ੍ਹਾਂ ਜਨਮ ਅਸ਼ਟਮੀ ਨੂੰ ਸਿਆਣੇ ਦੱਸੇ ਕਰਾਂ, ਡੈਡੀ ਹਰ ਦੱਸੇ ਕਰਾਂ ਵੀ ਜਨਮ ਅਸ਼ਟਮੀ ਨੂੰ ਵੀ ਵਾਹ ਜੰਮ ਗਿਆ ਤਾ ਜਾਡਾ ਜੰਮ ਗਿਆ ਤਾ, ਜਾਡੇ ਦਾ ਜਨਮ ਹੋ ਗਿਆ ਬਾਈ ਕੱਲ੍ਹ ਤੇ, ਵੀ ਜਾਡੇ ਕਿ ਜਾਡੇ ਕੀ ਥੋੜ੍ਹੀ ਉਮਰ 6 ਮਹੀਨੇ ਕੀ ਆ ਬਾਈ, ਤਾਂ ਉਹ ਮਹੀਨੇ ਡੇਢ ਮਹੀਨੇ ਕਾ ਆਪਣਾ ਰੂਪ ਦਿਖਾਉਣ ਲੱਗ ਜਾ, ਔਰ ਫਿਰ 2 ਮਹੀਨੇ ਕਾ ਤਾਂ ਪੂਰਾ ਜਵਾਨ ਹੋ ਜਾ ਬਾਈ, ਜਾਂ ਦਸੰਬਰ ਕਾ ਅੱਧ ਔਰ ਜਨਵਰੀ ਔਰ ਫਰਵਰੀ ਤੋਂ ਬਾਈ ਠੰਡ ਕਾ ਪੂਰਾ ਹੋਆ, ਦਸੰਬਰ ਔਰ ਜਨਵਰੀ ਫਰਵਰੀ ਕਾ ਅੱਧ ਬਾਈ, ਦਸੰਬਰ ਕਾ ਅੱਧ 1 ਫਰਵਰੀ ਕਾ ਅੱਧ ਤੱਕ 2 ਮਹੀਨੇ ਦਾ ਪੂਰੀ ਠੰਡ ਰਹਾ, ਜਿੰਨੀ ਕਹਿ ਦਿਉ ਉੱਨੀ ਥੋੜ੍ਹੀ ਬਾਈ, ਇਸ ਮਾਂ ਦਾ ਪੂਰਾ ਰੰਗ ਦਿਖਾਵਾ ਵੀ ਮੈਂ ਕੁਛ ਹੈ ਹਾਂ। ਬਾਕੀ ਜਾਡੇ ਕੇ ਜਨਮ ਹੋਣੇ ਦੇ ਬਾਈ ਥੋੜ੍ਹਾ ਥੋੜ੍ਹਾ ਹਾਲੀ ਚਲੋ ਹੋ ਜਾਣਾ, ਜਾਡਾ ਇੱਕਦਮ ਤਾਂ ਕੋਈ ਬੱਚਾ ਵਾ, ਹਾਲੀ ਰੂਪ ਦਿਖਾਵਾ ਗਾ ਆਪਣਾ, ਦਿਖਾਵਾ ਗਾ ਜਵਾਨੀ ਕਾ ਜ਼ੋਰ ਵੀ ਬਾਈ। ਬਾਕੀ ਵੈਸੇ ਮੌਸਮ ਫਰਕ ਪੜ ਗਿਆ ਬਾਈ, ਜਿਸ ਤਰ੍ਹਾਂ ਗਰਮੀ ਦੀ ਨਾ ਉਸ ਟਾਈਪ ਦੀ ਗਰਮੀ ਨਹੀਂ ਰਹੀ ਹੈ, ਕੁਛ ਲਾ ਲਓ ਵੀ ਮੀਂਹ ਮੂੰਹ ਪੜਦੇ ਰਹੇ, ਬਟ ਜਦ ਮੀਂਹ ਪੜ ਜਾ ਨਾ ਉਸ ਤੋਂ ਬਾਅਦ ਹੁੰਮਸ ਬਹੁਤ ਹੋ ਜਾ ਬਾਈ, ਹਿਊਮਿਨਿਟੀ ਹੋ ਜਾ, ਚਿਪ ਚਿਪ ਸਾ ਇਸ ਤਰ੍ਹਾਂ ਲਗਾ ਵੀ ਕਿਆ ਹੋ ਜਾ ਕਿਆ ਨਹੀਂ, ਗਰਮੀ ਕਾ ਤੌਣ ਆਉਣ ਲੱਗ ਜਾ ਬਾਈ ਪੂਰੇ, ਪਤਾ ਨਹੀਂ ਕਿਆ ਚੱਕਰ ਹੋ ਜਾ। ਬਾਕੀ ਇੱਧਰੋਂ ਈਵ ਮੌਸਮ ਐਸਾ ਹੋ ਗਿਆ ਵੀ ਪੱਖੇ ਕੇ ਤਲਾ ਬੈਠ ਕੇ ਗਰਮੀ ਸੁੱਕ ਜਾਇਆ, ਜੇ ਪਸੀਨਾ ਆਇਆ ਹੋਇਆ ਨਾ ਖੇਤ ਮਤੇ ਆਏ ਕੰਮ ਕਰਕੇ ਜਾਂ ਵੈਸੇ ਆਏ ਹਾਂ, ਗਰਮੀ ਸੁੱਕ ਜਾ। ਪਹਿਲਾਂ ਐਸਾ ਮੌਸਮ ਤਾਂ ਵੀ ਗਰਮੀ ਇੱਕ ਵਾਰੀ ਆ ਗਈ ਫਿਰ ਤਾਂ ਪਿੱਛੇ ਦੇ ਤਾਂ ਢੂਈ ਬਦਲ ਦੇ ਕੱਪੜਾ ਸੁੱਕਾ ਹੀ ਨਹੀਂ ਤਾ ਬਾਈ, ਕਹਾਂ ਕਹੀਂ ਬੈਠ ਜਾਓ ਪੱਖੇ ਪੁੱਖੇ ਕੇ ਤਲਾ, ਫਿਰ ਤਾਂ ਏ ਸੀ ਉਸੀ ਮਾਂ ਗਾ ਵਿਚਾਰਾ ਬਚਾਅ ਹੋਏ ਕਰਾਂ ਦਾ। ਬਾਕੀ ਤੁਹਾਨੂੰ ਸਵੇਰੇ ਹੀ ਦਿਖਾਇਆ ਤਾ ਬਾਈ ਰਸਤਿਆਂ ਦਾ ਬੁਰਾ ਹਾਲ ਹੋਇਆ ਪੜਿਆ, ਬਰਸਾਤ ਪੜੀ ਜਾ ਰਹੀ ਆ, ਰਸਤੇ ਬਿਲਕੁਲ ਖਤਮ ਹੋਏ ਪੜੇ ਆ। ਬਾਕੀ ਮੈਂ ਤਾਂ ਕਰੂੰਗਾ ਬਾਈ ਜਿਸ ਨੂੰ ਐਮਰਜੈਂਸੀ ਆ ਉਹੀ ਇੱਧਰ ਅੰਬਾਲਾ ਜਾਣੇ ਜਾਣੇ ਵਾਲਾ ਰਸਤਾ ਵਰਤੋ, ਨਹੀਂ ਐਮਰਜੈਂਸੀ ਹੈ ਜਾਂ ਰਿਸ਼ਤੇਦਾਰੀ ਮੈਂ ਕੋਈ ਵੀ ਜਾਣਾ ਬਾਈ ਕੋਈ 10 ਦਿਨ ਠਹਿਰ ਕੇ ਵਗ ਜਾਓ, ਜੇ ਐਮਰਜੈਂਸੀ ਫਿਰ ਤੋਂ ਜਾਣੀ ਪੜਾਗਾ ਦੇਖੋ। ਬਾਕੀ ਊਂ ਕਿਸੇ ਦਾ ਹਾਲ ਚਾਲ ਪੁੱਛਣ ਜਾਣਾ ਤਾਂ ਬਾਈ ਨਾ ਜਾਹੋ, ਬਾਕੀ ਵੈਸੇ ਵੀ ਕੋਈ ਕੰਮਾਂ ਤੋਂ ਨੀਡ ਹੈ ਜ਼ਿਆਦਾ ਜ਼ਰੂਰੀ ਹੈ ਜਾਹੋ, ਨਹੀਂ ਤਾਂ ਬਾਈ ਫਸਣ ਵਾਲਾ ਕੰਮ ਆ ਕਿ 2 ਘੰਟੇ ਜਾਮਾ ਖੜੋ ਫਿਰ ਊਂ ਤੰਗ ਹੁੰਦੇ ਰਹੋ, ਉਸ ਚੀਜ਼ ਦਾ ਗੱਲ ਦਾ ਸਵਾਦ ਨਹੀਂ ਆਉਂਦਾ ਬਾਈ। ਬਾਕੀ ਆਪ ਤਾਂ ਬਾਈ ਰੋਜ਼ ਅਰਦਾਸ ਕਰਕੇ ਜੀ, ਰੋਜ਼ ਅਰਦਾਸ ਉਹ ਕਰ ਰਹੇ ਜਿਤਨੇ ਵੀ 5-7 ਪਿੰਡ ਹੈਗੇ ਆ ਬਾਈ ਨੇੜਾ ਤੇੜਾ, ਵੀ ਸਵੇਰੇ ਉੱਠ ਕੇ ਅਰਦਾਸ ਉਹੀ ਹੋਆ ਵੀ ਮਾਲਕ ਰਸਤਾ ਖੁਲਾ ਦੇ, ਕਿਉਂ ਜਿਹੜੇ ਦਿਹਾੜੀਦਾਰ ਬੰਦੇ ਆ ਜਾਂ ਊਂ ਜਿਹੜੇ ਕੰਮ ਦਾ ਬਹੁਤ ਔਖਾ ਬਾਈ, ਮੁਸ਼ਕਲ ਹੋ ਗਈ ਬਹੁਤ ਬੰਦਿਆਂ ਨੂੰ, ਇੰਨਾ ਕੁ ਔਖਾ ਵੀ ਛੱਡ ਦਿਉ ਗੱਲਾਂ, ਇਹ ਤੁਹਾਨੂੰ ਪਾਣੀ ਦਿਖਾਇਆ ਤਾ ਸਵੇਰੀ ਬਾਈ ਕਿਆ ਹਾਲ ਆ, ਬੰਦਾ ਸਵੇਰੀ ਤਾਂ ਚਲੇ ਗਿਆ ਸਾਂਝੀ ਨੂੰ, ਅਗਲਾ ਆਵਾ ਪਹਿਲਾਂ ਤਾਂ ਉਰੇ ਦੇ ਥੱਕ ਗਾ ਸਾਰੇ ਕੰਮ ਦੇ ਮੁੜਕਾ ਵਾ, ਉਰੇ ਦੇ ਮੁੜਕਾ ਫਿਰ ਅਗਲਾ ਜਾਗਾ ਲੋਹ ਸਿੰਬਲੀ ਨੂੰ ਦੇਖਾਗਾ ਜਾਂ ਲੈਲੀ ਨੂੰ ਦੇਖਾਗਾ ਲਾਲੜੂ ਨੂੰ ਦੇਖਾਗਾ, ਉਸ ਵਾਸਤੇ ਔਖਾ। ਬਾਕੀ ਅਰਦਾਸ ਤਾਂ ਕਰ ਰਹੇ ਰਹੇ ਬਾਈ ਕੋਈ ਕਿੱਧਰੀ ਨਾ ਕਿੱਧਰੀ ਸੁਣਵਾਈ ਹੋ ਜਾ ਤਾਂ ਅੱਛੀ ਗੱਲ ਆ ਬਾਈ। ਬਾਕੀ ਮਿੱਤਰੋ ਅੱਜ ਕੀ ਵੀਡੀਓ ਆਪਾਂ ਇਹ ਸਮਾਪਤੀ ਕਰਾਂ ਬਾਈ, ਵੀਡੀਓ ਬਦਲ ਕੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ, ਥੈਂਕ ਯੂ।